ਤੰਦਰੁਸਤੀ ਵਾਸਤੇ, ਔਰ ਅਜੋਕੇ ਸਮੇਂ ਦੇ ਵਿੱਚ ਉਹ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਨਾਲ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚੋਂ ਵੀ ਵਿਚਰ ਰਹੀਆਂ ਨੇ, ਤੁਸੀਂ ਇਸ ਦੇ ਬਾਰੇ ਕੀ ਕਹੋਗੇ? ਬਿਲਕੁਲ, ਮੈਂ ਮਾਫੀ ਚਾਹੁੰਦਾ ਸੀ ਤੁਹਾਡੀ ਗੱਲ ਟੋਕਣ ਦੇ ਲਈ, ਕਿਉਂਕਿ ਇੱਕ ਦਰਸ਼ਕ ਤੁਹਾਡੇ ਨਾਲ ਪਹਿਲਾਂ ਸਵਾਲ ਸਾਂਝਾ ਕਰਨਗੇ ਜੀ। ਜੀ ਹੈਲੋ, ਹਾਂਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇਕਬਾਲ ਸਿੰਘ ਹੋ ਰਿਹਾ ਜੀ, ਮੇਨ ਬਾਜ਼ਾਰ ਹਟੂਰ ਤਹਿਸੀਲ ਜਗਰਾਉਂ ਤੋਂ ਜੀ। ਜੀ ਇਕਬਾਲ ਜੀ, ਦੇਖੋ ਜੀ, ਖੇਡਾਂ ਦੀ ਗੱਲ ਹੋ ਰਹੀ ਆ, ਵਿਦਿਆਰਥੀ ਜੀਵਨ ਦੇ ਵਿੱਚ ਖੇਡਾਂ ਦਾ ਮਹੱਤਵ ਬਹੁਤ ਜ਼ਿਆਦਾ ਮਹੱਤਵ ਆ, ਕਿਉਂਕਿ ਜਿੱਥੇ ਇਹ ਸਾਡੇ ਸਰੀਰ ਦਾ ਵਿਕਾਸ ਕਰਦੀਆਂ, ਉੱਥੇ ਮਾਨਸਿਕ ਵਿਕਾਸ ਵੀ ਕਰਦੀਆਂ। ਮੈਂ ਸਾਨੂੰ ਇਹ ਪੁੱਛਣਾ ਚਾਹੁੰਦਾ, ਕਿਉਂਕਿ ਖੇਡਾਂ ਜਿਹੜੀਆਂ ਉਹ ਬੱਚਿਆਂ ਦੀ ਵੀ ਰੂਹ ਹੁੰਦੀਆਂ, ਵੀ ਮਤਲਬ ਕਿਸ ਤਰ੍ਹਾਂ ਬੱਚਿਆਂ ਨੂੰ ਖੇਡਾਂ ਦੇ ਨਾਲ ਸ਼ੁਰੂਆਤ ਜੋੜਿਆ ਜਾਵੇ, ਕਿਉਂਕਿ ਬਾਲ ਖੇਡਾਂ ਹੁੰਦੀਆਂ ਸੀ ਜਿਹੜੀਆਂ ਕਿ ਇੱਕ ਫ੍ਰੀ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ, ਉਹ ਬੱਚੇ ਬਿਲਕੁਲ ਉਹਨਾਂ ਨੂੰ ਭੁੱਲ ਗਏ, ਵਿਸਰ ਗਏ, ਬਿਨਾਂ ਪੈਸੇ ਖਰਚਿਆਂ ਤੋਂ ਘੰਟਿਆਂ ਵੱਧੀ ਉਹ ਬੱਚੇ ਖੇਡਦੇ ਸੀ। ਕੀ ਸ਼ੁਰੂਆਤੀ ਦੌਰ ਦੇ ਵਿੱਚ ਬੱਚਿਆਂ ਨੂੰ ਇਸ ਖੇਡਾਂ ਦੇ ਨਾਲ ਜੇ ਜੋੜਿਆ ਜਾਵੇ ਤਾਂ ਉਹ ਇਹਦਾ ਇਹਨਾਂ ਖੇਡਾਂ ਵੱਲ ਨੂੰ ਵੀ ਆ ਸਕਦੇ ਆ ਜੀ, ਕਿਉਂਕਿ ਜਿੱਥੇ ਮਸ਼ੀਨੀਕਰਨ, ਸ਼ਹਿਰੀਕਰਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਜੀ, ਇਹ ਬਾਲ ਜਿਹੜੀਆਂ ਬਾਲ ਖੇਡਾਂ ਸੀ ਉਹ ਅਲੋਪ ਹੋ ਗਈਆਂ। ਜੀ ਸ਼ੁਕਰੀਆ। ਬਿਲਕੁਲ ਜੀ, ਬੜਾ ਇਹਨੀ ਦਰੁਸਤ ਫਰਮਾਇਆ ਵੀ ਬਾਲ ਖੇਡਾਂ ਜਿਹੜੀਆਂ ਸਾਡੀਆਂ ਉਹਨਾਂ ਦਾ ਮਹੱਤਵ ਹੈ, ਉਹਨਾਂ ਦੇ ਨਾਲ ਜੋੜਨਾ ਚਾਹੀਦਾ। ਇਹ ਜਿਸ ਤਰ੍ਹਾਂ ਮੈਂ ਕਿਹਾ ਵੀ ਖੇਡਾਂ ਸਾਡੇ ਸਮਾਜ ਦਾ ਇੱਕ ਅੰਗ ਆ, ਜੇ ਸਾਡੇ ਸਮਾਜ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਜਿੱਥੇ ਰਹਿ ਰਿਹਾ ਬੱਚਾ ਉੱਥੇ ਉਹਦੇ ਆਲੇ ਦੁਆਲੇ ਮੁਹੱਲੇ ਦੇ ਵਿੱਚ ਪਾਰਕਾਂ ਨੇ, ਉਹ ਜਿਸ ਮੁਹੱਲੇ ਦੇ ਵਿੱਚ ਰਹਿ ਰਿਹਾ ਜੀ ਉੱਥੇ ਖੇਡ ਮੈਦਾਨ ਨੇ, ਜਿਸ ਪਿੰਡ ਦੇ ਵਿੱਚ ਰਹਿੰਦਾ ਉੱਥੇ ਖੇਡ ਮੈਦਾਨ ਨੇ, ਜਿਸ ਸਕੂਲ ਦੇ ਵਿੱਚ ਪੜ੍ਹਦਾ ਉੱਥੇ ਖੇਡ ਮੈਦਾਨ ਨੇ, ਉੱਥੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਨੇ, ਉੱਥੇ ਕੋਚ ਸਾਹਿਬਾਨ ਨੇ, ਜੇ ਸਾਰੀ ਇਹਨਾਂ ਇਹ ਇਹ ਜਿਹੜੇ ਸਾਰਾ ਜਿਹੜਾ ਅਮਲਾ ਫੈਲਾਇਆ ਖੇਡਾਂ ਦਾ ਜਾਂ ਜਿਹੜਾ ਸਾਰਾ ਇਨਫਰਾਸਟ੍ਰਕਚਰ ਜੇ ਉੱਥੇ ਮੌਜੂਦ ਆ, ਤਾਂ ਬੱਚੇ ਨੂੰ ਪਾਰਟੀਸਪੇਟ ਕਰਨਾ ਅਤੇ ਖੇਡਾਂ ਵਿੱਚ ਭਾਗ ਲੈਣਾ ਬਿਲਕੁਲ ਜਿਹੜਾ ਸੌਖਾ ਆ। ਪਰ ਅੱਜ ਦੀ ਗੱਲ ਇਹ ਆ ਕਿ ਅੱਜ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਆਮ ਦੇਖਣ ਨੂੰ ਮਿਲਦੀਆਂ ਕਿ ਮੁਹੱਲੇ ਨੇ ਉਹਨਾਂ ਦੇ ਵਿੱਚ ਪਾਰਕਾਂ ਦੀ ਬੜੀ ਕਮੀ ਹੈ, ਕਈ ਪਿੰਡ ਨੇ ਪਿੰਡਾਂ ਦੇ ਵਿੱਚ ਪਹਿਲਾਂ ਖੇਡ ਮੈਦਾਨ ਹੁੰਦੇ ਸੀਗੇ, ਅੱਜ ਵੀ ਹੈ ਬਹੁਤਿਆਂ ਪਿੰਡਾਂ ਦੇ ਵਿੱਚ, ਬੜੇ ਤਰੀਕੇ ਨਾਲ ਨਿਯਮਬੰਧ ਵੀ ਕੀਤੇ ਹੋਏ, ਪਰ ਕਈਆਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖੇਡ ਮੈਦਾਨ ਹੀ ਨਹੀਂ ਹੈ। ਕਈ ਸਕੂਲ ਦੇਖਦੇ ਹਾਂ, ਖਾਸ ਕਰਕੇ ਜਿਹੜੇ ਪਬਲਿਕ ਸਕੂਲ ਦੇ, ਜਿਹੜਾ ਉਹ ਅੰਗਰੇਜ਼ੀ ਇੱਕ ਕਲਚਰ ਸਕੂਲ ਜਿਹੜਾ ਪੈਦਾ ਹੋਇਆ, ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਕੋਈ ਮੈਦਾਨ ਦੇਖਣ ਨੂੰ ਨਹੀਂ ਮਿਲਦਾ ਹੈ ਕਿਸੇ ਸਕੂਲ ਦੇ ਵਿੱਚ ਵੀ, ਅਤੇ ਉਸ ਕਰਕੇ ਇੱਕ ਕਮੀ ਪੇਸ਼ੀ ਜਿੱਦਾਂ ਇਹਨਾਂ ਨੇ ਆਪਣੇ ਜਿਹੜੇ ਸਰੋਤੇ ਨੇ ਜਾਂ ਦਰਸ਼ਕ ਨੇ ਉਹਨਾਂ ਨੇ ਜੋ ਕਿਹਾ, ਉੱਥੇ ਇੱਕ ਕਮੀ ਪੇਸ਼ੀ ਜ਼ਰੂਰ ਹੈਗੀ ਆ, ਪਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹੋ ਚੀਜ਼ਾਂ ਲੋਕਾਂ ਦੀ ਅਤੇ ਸਮਾਜ ਦੀ ਭਲਾਈ ਵਾਸਤੇ ਮੁਹੱਈਆ ਕਰਾਉਣੀਆਂ ਚਾਹੀਦੀਆਂ, ਔਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਨਿਯਮ ਬਣਾਉਣੇ ਚਾਹੀਦੇ ਕਿ ਜਦੋਂ ਉਹਨਾਂ ਨੂੰ ਅਫੀਲੀਏਸ਼ਨ ਦੇਣੀ ਆ ਕਿ ਉਹਨਾਂ ਕੋਲ ਖੇਡ ਮੈਦਾਨ ਹੋਣ, ਕਾਲਜਾਂ ਦੇ ਵਿੱਚ ਖੇਡ ਮੈਦਾਨ ਹੋਣ, ਤਾਂ ਹੀ ਅੱਗੇ ਉਹਨਾਂ ਨੂੰ ਅਫੀਲੀਏਟ ਕਰਨਾ ਚਾਹੀਦਾ, ਤਾਂ ਹੀ ਅੱਗੇ ਅਪਗ੍ਰੇਡ ਜਿਹੜਾ ਕਰਨਾ ਚਾਹੀਦਾ ਸਿਸਟਮ ਹੋਣਾ।